ਪਾਕਿਸਤਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੁਪਾਸਕਤਰ ਅਤੇ ਅੱਜ ਕੋਰੋਨਾ ਵਾਇਰਸ ਨੂੰ ਲੈ ਕੇ ਲਾਕਡਾਊਨ ਦੇ ਚੱਲਦਿਆਂ ਕਿਸਾਨਾਂ ਵੱਲੋਂ ਕਣਕਾਂ ਦੀ ਵਾਢੀ ਸੰਬੰਧੀ ਆਉਂਦੀਆਂ ਮੁਸ਼ਕਲਾਂ ਨੂੰ ਸਾਂਝਾ ਕਰਦੇ ਆ ਕਿ ਉਹਨਾਂ ਵੱਲੋਂ 16-17 ਅਪ੍ਰੈਲ ਨੂੰ ਕਣਕ ਦੀ ਸਰਕਾਰ ਨੂੰ ਕਣਕਾਂ ਦੀ ਕਟਾਈ ਅਤੇ ਵੜਾਈ ਦੇ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਸੰਬੰਧੀ ਮੰਗ ਪੱਤਰ ਦਿੱਤੇ ਜਾਣਗੇ ਜੇਕਰ ਉਹਨਾਂ ਵੱਲੋਂ ਉਹਨਾਂ ਦੀਆਂ ਮੰਗਾਂ ਤੇ ਸਰਕਾਰ ਵੱਲੋਂ ਤੁਰੰਤ ਹੱਲ ਨਾ ਕੀਤਾ ਗਿਆ ਤੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 28, 29 ਅਤੇ 30 ਅਪ੍ਰੈਲ ਨੂੰ ਰੋਸ ਮਜਾਰੇ ਕੀਤੇ ਜਾਣਗੇ ਇਸ ਮੌਕੇ ਤੇ ਸੂਬਾ ਸਕੱਤਰ ਸਰਬੰਸ ਸਿੰਘ ਪੰਦੇੜ ਨੇ ਕਿਹਾ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ ਅਸੀਂ ਜਿਹੜੀ 19 April ਨੂੰ ਸ਼ਹੀਦਾਂ ਦੀ ਵਰ੍ਹੇ ਸਿਰ ਰੱਖੀ ਸੀਗੀ ਮੌਜੂਦਾ ਸਮੇਂ ਪ੍ਰਧਾਨ ਮੰਤਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਲਾਕਡਾਊਨ ਆ ਹੁਣ 1 ਮਈ 3 ਮਈ ਤੱਕ ਵਧਾਇਆ ਗਿਆ ਸੋ ਨੂੰ ਧਿਆਨ ਵਿੱਚ ਰੱਖਦਿਆਂ ਅਸੀਂ ਜਿਹੜੀ ਰੈਲੀ ਆ ਉਹ ਮੁਲਤਵੀ ਕਰ ਦਿੱਤੀ ਆ ਔਰ ਉਹਦੇ ਨਾਲ ਨਾਲ ਜੋ ਮੌਜੂਦਾ ਸਮੱਸਿਆ ਨੇ ਜਿਵੇਂ ਕਣਕ ਨੂੰ ਲੈ ਕੇ ਸਮੱਸਿਆ ਨੇ ਵੀ ਕਣਕ ਦੇ ਉੱਤੇ ਜੜੀਆਂ ਵੀ ਬੇ ਲੋੜੀਆਂ ਸ਼ਰਤਾਂ ਵਾਂ 50 ਕੁਇੰਟਲ ਵਾਲੀ ਸ਼ਰਤਾਂ ਇਹਦੋਂ ਗਾਹਾਂ ਪਾਸਾਂ ਦੀ ਸਮੱਸਿਆ ਵਾ ਮੰਡੀ ਵਿੱਚ ਤਲਾਈ ਦੀ ਸਮੱਸਿਆ ਆ ਰਹੀ ਆ ਜੇ ਫਾਰਮ ਆ ਜਿੰਨੀਆਂ ਵੀ ਮੰਡੀ ਨਾਲ ਸੰਬੰਧਿਤ ਇਹਦੋਂ ਗਾਹ ਕਣਕ ਦੀ ਵढਾਈ ਆ ਇਸ ਵळे ਕੰਪੈਨਾਂ ਦੀ ਬਹੁਤ ਸਾਰੀ ਸ਼ੋਰਟ ਆ ਕੰਪਾਈਨਰ ਨਾਲ ਸੰਬੰਧਿਤ ਲੇਬਰ ਦੀ ਸ਼ੌਟ ਆ ਇਹ ਤੋਂ ਕਾ ਰੀਪਰ ਦੀ ਸਮੱਸਿਆ ਵਾ ਸੋ ਦੂਸਰੇ ਬੰਨੇ ਜਿਹੜੇ ਕੰਪਾਈਨਰ ਨਾਲ ਸੰਬੰਧਿਤ ਜਿਵੇਂ ਕੰਪਾਈਨ ਦਾ ਬਲੇਡ ਟੁੱਟ ਜੇ ਹੋਰ ਸਾਜੋ ਸਮਾਨ ਆ ਉਹ ਕੋਈ ਵੀ ਦੁਕਾਨਾ ਇਸ ਵੇਲੇ ਖੁੱਲੀਆਂ ਨਹੀਂ ਹੈਗੀਆਂ ਸੋ ਇਸ ਕਰਕੇ ਉਹ ਕੰਪਾਈਨਰ ਬਾਣੀ ਨਹੀਂ ਰਹੀਆਂ ਸੋ ਇਹਦੋਂ ਕਾ ਰੀਪਰ ਬਣਾਉਣੇ ਆ ਰੀਪਰਾਂ ਦੀਆਂ ਸਮੱਸਿਆ ਵਾ ਗਾਹ ਅਸੀਂ ਹੁਣ ਜੇ ਟਰੈਕਟਰ ਟਰਾਲੀ ਲੈ ਕੇ ਆਪਣਾ ਮੰਡੀ ਚ ਦਾਣੇ ਖੜਨੇ ਆ ਤੇ ਛੋਟੀਆਂ ਮੁੱਟੀਆਂ ਟਰੈਕਟਰ ਦੇ ਵਿੱਚ ਟਰਾਲੀਆਂ ਵਿੱਚ ਨੁਕਸੇ ਆ ਉਹ ਟਰੈਕਟਰ ਟਰਾਲੀ ਵੀ ਬਣਾਉਣੇ ਆ ਟਰੈਕਟਰ ਦੀ ਕੋਈ ਵਰਕਸ਼ਾਪ ਖੁੱਲੀ ਨਹੀਂ ਹੈਗੀ ਸੋ ਇਧਰ ਧਿਆਨ ਨਹੀਂ ਦਿੱਤਾ ਜਾ ਰਿਹਾ ਸੋ ਜਿਵੇਂ ਕਣਕ ਪਿਛਲੇ ਸਾਲਾਂ ਚ ਅਸੀਂ ਦੇਖਿਆ ਜਦੋਂ ਕਣਕ ਦਸਾਂ ਦਿਨਾਂ ਚ ਵੱਢ ਕੇ ਬਿੱਲੀ ਹੋ ਜਾਂਦੀ ਸੀ ਤੇ ਹਰ ਆਏ ਸਾਲ ਕਿਸਾਨਾਂ ਦੀ ਹਜ਼ਾਰਾਂ ਏਕੜ ਕਣਕ ਸੜ ਕੇ ਸੁਆਹ ਹੋ ਜਾਂਦੀ ਆ ਵੱਖ-ਵੱਖ ਕਾਰਨ ਜਿਹੜੇ ਅੱਗ ਦੇ ਲੱਗਦੇ ਸੋ ਐਰ ਕੀ ਜਿਹੜਾ ਸਰਕਾਰ ਨੇ ਜਾਣਬੁੱਝ ਕੇ ਪ੍ਰੋਸੈਸ ਨੂੰ ਸਲੋ ਕੀਤਾ ਵਾ ਸੋ ਵਾਢੀ ਜਿਹੜੀ ਆ ਉਹ ਚ ਦੂਣਾ ਸਮਾਂ ਲੱਗਣਾ ਵਾ ਤੇ ਸਰਕਾਰ ਦੀਆਂ ਕੋਈ ਗਾਈਡਲਾਈਨਸ ਨਹੀਂ ਹੈਗੀਆਂ ਇਹਦੇ ਬਾਰੇ ਵੀ ਜੇ ਅੱਗ ਲੱਗਦੀ ਆ ਤੇ ਕਿਵੇਂ ਬਚਾਅ ਕਰਨਾ ਕਿਵੇਂ ਫਾਇਰ ਬਗਰੇਡ ਆਉਣੇ ਆ ਜੇ ਕਿਸੇ ਥਾਂ ਵੀ ਵੱਲ ਮਾਲ ਕਿਰਪਾ ਕਰੇ ਵੀ ਦੀ ਕਣਕ ਨੂੰ ਅੱਗ ਲੱਗੇ ਨਾ ਜੇ ਲੱਗਦੀ ਹੈ ਤੇ ਸਾਰਾ ਪਿੰਡ ਨਿਕਲ ਕੇ ਆ ਕੇ ਅੱਗ ਬਚਾਉਣ ਆਉਣਾ ਵਾ ਤੇ ਫਿਰ ਤੁਸੀਂ ਵੇਖੋ ਉਹਦੇ ਵਿੱਚ ਲੋਕਡਾਊਨ ਕਿਵੇਂ ਤੁਹਾਡਾ ਰਹਿ ਜਾਊਗਾ ਸੋ ਇਹ ਸਮੱਸਿਆਵਾਂ ਨੇ ਇਹਨਾਂ ਕਰਕੇ ਅਸੀਂ ਕਿਹਾ ਇਹਦੇ ਨਾਲ ਨਾਲ ਜਿਹੜੇ ਪਿੰਡਾਂ ਦੇ ਵਿੱਚ ਦਿਹਾੜੀਦਾਰ ਆ ਉਹਨਾਂ ਦੀਆਂ ਰੋਜ਼ਮਰਨਾਂ ਦੀਆਂ ਲੋੜਾਂ ਬਿਲਕੁਲ ਨਹੀਂ ਪੂਰੀਆਂ ਹੋਈਆਂ ਸਰਕਾਰੀ ਵੱਲੋਂ ਸਰਕਾਰ ਵੱਲੋਂ ਜਿਹੜੀਆਂ ਉਹਨਾਂ ਨੂੰ ਕਿੱਟਾਂ ਦੇਣੀਆਂ ਸੀਗੀਆਂ ਸਰਕਾਰੀ ਉਹ ਮੈਨੂੰ ਦੱਸਿਆ ਜਾਵੇ ਵੀ ਕਿਸੇ ਪਿੰਡਾਂ ਵਿੱਚ ਵੀ ਨਹੀਂ ਪਹੁੰਚਦੀਆਂ ਲੋਕਾਂ ਦੇ ਹਾਲਾਤ ਵੱਧ ਤੋਂ ਵੱਧਰ ਹੋ ਰਹੇ ਆ ਇਹਦੇ ਨਾਲ ਇਹ ਤਾਂ ਕਹਾ ਪਿੰਡਾਂ ਦੇ ਵਿੱਚ ਦੁੱਧ ਰੁੱਲ ਰਿਹਾ ਸਬਜ਼ੀਆਂ ਰੁੱਲ ਰਹੀਆਂ ਨੇ ਉਹਨਾਂ ਦਾ ਚਾਰਾ ਰੁੱਲ ਰਿਹਾ ਵਾ ਇਹ 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 ਅੱਡ ਕਿਸਮ ਦੀਆਂ ਸਮੱਸਿਆਵਾਂ ਜਿਹੜੀ ਕਿਸਾਨਾਂ ਨੂੰ ਆ ਰਹੀਆਂ ਤੇ ਮੈਂ ਕਹਿੰਦਾ ਕੈਪਟਨ ਸਾਹਿਬ ਧਿਆਨ ਦਿਓ ਦੇਣਾ ਕੀ ਸਾਡਾ ਗੰਨੇ ਦਾ ਬਕਾਇਆ 2-2 ਸਾਲ ਹੋ ਗਿਆ ਗੰਨੇ ਦਾ ਬਕਾਇਆ ਐਤਕਾ ਦਾ ਬਕਾਇਆ ਵੀ ਛੋਟੇ ਕਿਸਾਨ ਆ ਤੁਸੀਂ ਕਰੋਨਾ ਤੋਂ ਕਹਿੰਦੇ ਹੋ ਬਚਾਉਣਾ ਚੰਗੀ ਗੱਲ ਆ ਕਰੋਨਾ ਤੋਂ ਵੱਧ ਲੋਕ ਐ ਖੁਦਕੁਸ਼ੀਆਂ ਕਰ ਜਾਨੇ ਆ ਗੰਨੇ ਦਾ ਬਕਾਇਆ ਸਾਡਾ ਵਾ ਤੁਸੀਂ ਵੇਖੋ ਜਾ ਕੇ ਗੰਨੇ ਦਾ ਬਕਾਇਆ ਕੋਈ ਪੈਸਾ ਨਹੀਂ ਸਾਨੂੰ ਦਿੱਤਾ ਜਾ ਰਿਹਾ ਉਹ ਦੇ ਦਿਓ ਸੋ ਇਸ ਕਰਕੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਆਪਾਂ ਜਿਹੜੇ ਆ ਆਪਾਂ ਮੰਗ ਪੱਤਰ ਤਿਆਰ ਕੀਤਾ ਜਿਹੜੇ 16 17 ਨੂੰ ਐਸ ਡੀ ਐਮ ਤੇ ਡੀ ਸੀ ਸਾਹਿਬਾਨ ਨੂੰ ਮਿਲ ਕੇ ਦੇ ਰਹੇ ਵੀ ਸਰਕਾਰ ਤੱਕ ਸਾਡੀ ਗੱਲ ਜਾਵੇ ਦੇ ਦੇ ਵਿੱਚ ਪੂਰੇ ਮਸਲੇ ਅਸੀਂ 16 ਮੰਗਾਂ ਜਿਹੜੀਆਂ ਉਹਦੇ ਚੱਕੀਆਂ ਵਾ ਜਿਹਦੇ ਵਿੱਚ ਕਣਕ ਦੀ ਜਿਹੜੀ ਆ ਵਾ ਉਹ ਪੀ ਉਹਦੀ ਵਡਾਈ ਤੇ ਇਹ ਤੋਂ ਕਹ ਮੰਡੀ ਦੇ ਵਿੱਚ ਤਲਾਈ ਤੱਕ ਜਿਹੜੀਆਂ ਸਮੱਸਿਆ ਬੇਲੜੀਆਂ ਸ਼ਰਤਾਂ ਹਟਾਈਆਂ ਜਾਣ ਜੇਕਰ ਇਹੋ ਜੇ ਮਾਹੌਲ ਦੇ ਵਿੱਚ ਸਾਡੀ ਜਥੇਬੰਦੀ ਬਿਲਕੁਲ ਨਹੀਂ ਚੰਦੀ ਵੀ ਜੇ ਇਸ ਕਿਸਮ ਦੀ ਵਰਲਡ ਦੇ ਵਿੱਚ ਸਮੱਸਿਆ ਚੱਲ ਰਹੀ ਵੀ ਕੋਈ ਇਸ ਕਿਸਮ ਦਾ ਟਕਰਾਅ ਹੋਵੇ ਪਰ ਅਸੀਂ ਚਾਹਾਂਗੇ ਵੀ ਜੇ ਸਾਡੀਆਂ ਸਮੱਸਿਆ ਦਾ ਹੱਲ ਨਾ ਕੀਤਾ ਸਮਾਰ ਰਹੇਂਦੇ ਹਾਂ ਅਸੀਂ ਮੰਗ ਪੱਤਰ ਭੇਜ ਦੇਣੇ ਆ ਤੇ ਮਜਬੂਰ ਹੋ ਕੇ ਅਸੀਂ 28 29 30 April ਨੂੰ ਜਿਹੜੀ ਸਰੀਰਕ ਦੂਰੀ ਆ ਉਹਨੂੰ ਬਰਕਰਾਰ ਰੱਖ ਕੇ ਪਿੰਡਾਂ ਦੇ ਵਿੱਚ ਵੱਡੇ ਵੱਡੇ ਰੋਸ ਮਜਾਰੇ ਕਰਕੇ মিডিਆ ਦੇ ਥਰੂ ਆਪਦੀ سوشل মিডিਆ ਤੇ ਸਰੂਰ ਸਰਕਾਰ ਕੋਲ ਆਪਦੀਆਂ ਸਮੱਸਿਆ ਦੀ ਆਵਾਜ਼ ਪਹੁੰਚਾਵਾਂਗੇ ਆਸ ਰੱਖਦੇ ਆ ਸਾਡੀਆਂ ਮੰਗਾਂ ਤੇ মিডিਆ 'ਚ ਵੀ ਚਰਚਾ ਹੋਊ ਤੇ ਇਹ ਨੌਬਤ ਨਹੀਂ ਆਊਗੀ ਬੇ ਅਸੀਂ ਰੋਸ ਮਜਾਰੇ ਕਰੀਏ ਤਾ ਸਾਡੀਆਂ ਮੰਗਾ ਮੰਨੀਆਂ ਜਾਣ ਇਹ ਤੋਂ ਪਹਿਲਾਂ ਹੀ ਜਿਹੜੀਆਂ ਸਾਡੀਆਂ ਸਮੱਸਿਆ ਦਾ ਹੱਲ ਹੋਊਗਾ ਸੋ ਆਮ ਕਿਸਾਨਾਂ ਮਜ਼ਦੂਰਾਂ ਨੂੰ ਇਹਦੋਂ ਕਹਾ ਗਾ ਪਨੀਰੀ ਬਿਜਨੀ ਅਸੀਂ ਸਾਨੂੰ ਝੋਨੇ ਦਾ ਬੀਜ ਚਾਹੀਦਾ ਹੁਣ ਅਸੀਂ ਪੱਠੇ ਬਿਜਨੇ ਆ ਸਾਨੂੰ ਪੱਠਿਆਂ ਦਾ ਬੀਜ ਚਾਹੀਦੀ ਆ ਜੇ ਕਿਨੇ ਦਾਲ ਬਿਜਨੀ ਦਾਲਾਂ ਦੇ ਬੀਜ ਚਾਹੀਦੇ ਆ ਖਾਦਾਂ ਦਵਾਈਆਂ ਚਾਹੀਦੀਆਂ ਸੋ ਤੁਸੀਂ ਵੇਖ ਲਓ ਕਿਤੇ ਵੀ ਜਾ ਕੇ ਕੋਈ ਦੁਕਾਨ ਨਹੀਂ ਖੁੱਲੀ ਹੋਗੀ ਸੋ ਕਿਸਾਨਾਂ ਨਾਲ ਜੁੜੀਆਂ ਜਿਹੜੀਆਂ ਸਮੱਸਿਆ ਉਹਨਾਂ ਦਾ ਹੱਲ ਤੁਰੰਤ ਕੀਤਾ ਜਾਵੇ ਤੇ ਸਾਨੂੰ ਮਜਬੂਰ ਨਾ ਕੀਤਾ ਜਾਵੇ ਵੀ ਅਸੀਂ ਪਿੰਡ ਪੱਦਰੀ ਰੋਸ ਮਜਾਰੇ ਕਰੀਏ ਧੰਨਵਾਦ